ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹੈ ਸੁਆਉ ਜਨ ਕੈ ਸੰਗਚਿਤ ਆਵੈ ਨਾਉ। ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਸਾਲਾਨਾ ਪ੍ਰਕਾਸ਼ ਦਿਹਾੜੇ ਨੂੰ, ਜਨਮ ਦਿਹਾੜੇ ਨੂੰ ਮੁੱਖ ਰੱਖਦੇ ਭਾਗਾਂ ਵਾਲੇ, ਨਗਰ ਵਾਲੇ, ਗਾਲਬ ਕਲਾਂ ਵਾਲੇ, ਕਿ ਬਾਬਾ ਜੀ ਦੀਆਂ ਖੁਸ਼ੀਆਂ ਆਪ ਹਾਸਲ ਕਰ ਰਹੇ ਹੋ। ਬਾਬਾ ਜੀ ਨੇ ਤੇ ਪਹਿਲਾਂ ਹੀ ਸ਼ੁਰੂ ਤੋਂ ਮੁੱਢ ਬੰਨਿਆ ਹੋਇਆ ਹੈ, ਚਰਨ ਪਾ ਕੇ ਚੇਤਰ ਦੀ ਸਕਾਂ ਦੇ ਉੱਤੇ। ਕੋਈ ਵੀ ਨੇਮ ਹੈ ਨਾ, ਗੁਰੂ ਘਰ ਵਿੱਚ ਕੋਈ ਕਿਸੇ ਕਿਸਮ ਦਾ ਵੀ ਨੇਮ ਹੈ ਉਤਾਰ ਦਿੰਦਾ ਹੈ। ਮਾੜੀ ਸੰਗਤ ਦਾ ਨੇਮ ਮੰਨ ਜੇ ਤੇ ਉਹ ਡੋਬ ਦਿੰਦਾ। ਆਪ ਵੱਡੇ ਭਾਗਾਂ ਵਾਲੇ ਬਾਬਾ ਜੀ ਨੇ ਤੁਹਾਡਾ ਨੇਮ ਬਣਾਇਆ ਹੋਇਆ ਤੇ ਬਾਬਾ ਜੀ ਹਰ ਪਾਸੋਂ ਸਾਡੇ ਪੂਰੇ ਸੂਰੇ ਸਨ। ਹਰ ਸਾਲਾਨਾ 26 ਖੰਡ ਪਾਠ 2 ਟਰਨਾਂ ਵਿੱਚ ਕਰਦੇ ਹੋ। ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ, ਵੱਡਿਆਂ ਭਾਗਾਂ ਵਾਲਿਓ ਮਮਾਰਕ ਪਾਤਰ ਝੋਲੀਆਂ ਭਰ ਰਹੇ ਹੋ। ਦਸ ਵੀ ਛੋਟਾ ਹੁੰਦਾ ਸੀ ਮਹਾਂਪੁਰਸ਼ਾਂ ਕੋਲ ਆਇਆ, ਤਕਰੀਬਨ 30-35 ਸਾਲ ਹੋ ਗਏ ਹੈ। ਆਪ ਜੀ ਦੇ ਪਿਆਰ ਦਾ ਸਦਕਾ ਮਹਾਂਪੁਰਸ਼ ਹਰ ਸਾਲਾਨਾ 5 ਦਿਨ ਇਹ ਦੀਵਾਨ ਬਾਬਾ ਜੀ ਦੀ ਯਾਦ ਮਿੱਠੀ ਚੱਲਦੇ ਹੈ। ਭਾਗਾਂ ਵਾਲੇ ਇਹ ਘੜੀਆਂ ਦੁਲਾਭੇ, ਇਹ ਘੜੀਆਂ ਦਾ ਮਹਿੰਗਾ ਹੀ ਮੁੱਲ ਪਵੇਗਾ। ਤੇ ਪਿਆਰੀ ਸਤਸੰਗ ਜੀਓ, ਬਾਬਾ ਜੀ ਦਾ ਵੀ ਪ੍ਰਕਾਸ਼ ਦਿਹਾੜਾ ਤੇ ਉਧਰ ਬਾਬੇ ਨਾਨਕ ਦਾ ਵੀ 550 ਸਾਲਾ ਸ਼ਤਾਬਦੀ ਵੀ,
ਔਰ ਕੋਈ ਰਸਨਾ ਵਾਂਝੀ ਨਾ ਰਹੇ। ਬਾਬੇ ਨਾਨਕ ਦਾ ਇੱਕ ਸ਼ਬਦ ਪੜ੍ਹ ਕੇ ਫਿਰ ਬਾਬਾ ਜੀ ਪ੍ਰਤੀ ਆਪਾਂ ਹਾਜ਼ਰੀਆਂ ਭਰਨੀਆਂ ਔਰ ਬੜੇ ਪਿਆਰ ਦੇ ਨਾਲ ਸਰਵਣ ਕਰ। ਧੰਨ ਨਾਨਕ ਤੇ ਵੱਡੀ ਕਮਾਈ, ਧੰਨ ਨਾਨਕ ਤੇਰੀ 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 ਵੱਡੀ ਬਾਬੇ ਰੀਤੀ ਸੇ
ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ I'm
ਜੁੜੇ ਬੈਠੇ ਹੋ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਮਹਾਰਾਜ ਉਹਨਾਂ ਤੋਂ ਵਰੋਸ ਆਏ ਹੋਏ ਮਹਾਂਪੁਰਸ਼ ਪਿਆਰੇ ਬਾਬਾ ਗੀਜਾ ਸਿੰਘ ਜਿਨ੍ਹਾਂ ਨੇ ਬਾਬਾ ਜੀ ਦੇ ਚਰਨਾਂ 'ਚ ਲੱਗ ਕੇ ਜੁੜ ਕੇ ਬਹੁਤ ਬਾਬਾ ਜੀ ਦੇ ਚਰਨਾਂ ਦੀ ਬਹੁਤ ਕਮਾਈ ਕੀਤੀ ਜਿਨ੍ਹਾਂ ਨੇ ਉਹ ਆਪ ਦੇ ਸਨਮੁੱਖ ਹੈ ਤੇ ਬਾਬਾ ਜੀ ਦੇ ਹੀ ਬਚਨ ਨੇ ਕਹਿੰਦੀ ਭਾਈ ਬਾਬਾ ਜੀ ਨੇ ਬਚਨ ਕੀਤਾ ਬਾਬਾ ਜੀ ਫਲਾਣਾ ਸਿਉਂ ਨਵਾਂ ਆਇਆ ਕਹਿੰਦੇ ਉਹ ਭਲਿਆ ਨਵਾਂ ਤੇ ਅਜੇ ਤੱਕ ਕੋਈ ਲੈਣ ਹੀ ਨਹੀਂ ਟੱਪਿਆ ਇਹ ਸਾਰੇ ਪੁਰਾਣੇ ਤੁਰੇ ਆਉਂਦੇ ਇਸ਼ਾਰਾ ਕਰਕੇ ਗੁਰੂ ਸਾਹਿਬ ਦੇ ਟਾਈਮ ਤੋਂ ਤੁਰੇ ਆਉਂਦੇ ਆਪਾਂ ਸਾਰੇ ਹਮ ਸੰਤਨ ਸਿਉਂ ਬਣੇ ਆਏ ਪੂਰਬ ਲਿਖਿਆ ਭਾਈ ਪੂਰਬ ਦੇ ਭਾਵ ਪੂਰਬ ਲਿਖੇ ਦਾ ਕਿ ਪਿਛਲੇ ਜਨਮਾਂ ਤੋਂ ਤੁਰੇ ਆਨੇ ਆਪਾਂ ਪੁਰਾਣੇ ਹੀ ਆ ਨਵਾਂ ਕੋਈ ਨਹੀਂ ਜੁੜਿਆ ਉਹਨਾਂ ਦੀ ਮਿੱਠੜੀ ਯਾਦ ਚ ਬੈਠੇ ਹੋ ਗੁਰੂ ਸਾਹਿਬ ਤੇ ਧੰਨ ਹੈ ਹੀ ਹੈ ਪਿਆਰੀ ਸਤਸੰਗੀਓ ਗੁਰੂ ਸਾਹਿਬ ਤੇ ਧੰਨ ਹੈ ਹੀ ਹੈ ਪਿਆਰੇ ਬਾਬਾ ਜੀ ਤੇ ਧੰਨ ਹੈ ਉਹਨਾਂ ਦੀ ਕਮਾਈ ਧੰਨ ਮੇਰੇ ਬਾਬਾ ਜੀ ਕਮਾਈਆਂ ਤੇਰੀਆਂ ਬਾਬਾ ਜੀ ਤੇ ਧੰਨ ਹੈ ਹੀ ਹੈ ਗੁਰੂ ਸਾਹਿਬ ਧੰਨ ਹੈ ਹੀ ਹੈ ਬਾਬਾ ਜੀ ਦੇ ਪਿਆਰ ਵਾਲੇ ਸੰਗੀ ਵੀ ਧੰਨ ਹੈ ਜਿਹੜੇ ਐਡੇ ਵੱਡੇ ਨੇਮੀ ਹੈ ਨਹੀਂ ਤੇ ਇੱਕ ਸਾਲ ਦੋ ਸਾਲ ਤੀਜੇ ਸਾਲ ਪਤਾ ਹੀ ਨਹੀਂ ਲੱਗਦਾ ਕਿ ਪ੍ਰੋਗਰਾਮ ਇੱਥੇ ਹੁੰਦਾ ਹੈ 35 ਸਾਲ ਤੋਂ ਵੱਧ ਹੀ ਹੋ ਗਿਆ ਇਹ ਨੇਮ ਅਨੁਸਾਰ ਬਾਬਾ ਜੀ ਦਾ ਆਪ ਪ੍ਰਕਾਸ਼ ਦਿਹਾੜਾ ਬਾਬਾ ਜੀ ਦੇ ਇੱਕ ਤਰਨ ਦਾ ਸਾਧਨ ਬਾਬਾ ਜੀ ਬਣਾ ਗਿਆ ਇਸੇ ਚੇਤ ਦੇ ਮਹੀਨੇ ਚ ਵੱਡਿਆਂ ਭਾਗਾਂ ਵਾਲੇ ਨਗਰ ਵਾਸੀ ਜਿਹੜਾ ਨੇਮੀ ਬੰਦਾ ਹੈ ਨਾ ਚਾਹੇ ਕਿਸੇ ਸਾਧੂ ਦਾ ਨੇਮ ਬਣ ਗਿਆ ਨੇਮ ਬਣਿਆ ਪਿਆਰੇ ਬਾਬਾ ਨੰਦ ਸਿੰਘ ਮਹਾਰਾਜ ਦਾ ਅੱਜ ਦੁਨੀਆ ਚਰਨਾਂ ਨੂੰ ਤਰਸਦੀ ਏ ਝੁਕਦੀ ਏ ਸਲਾਮ ਕਰਦੀ ਸੀ ਚਾਰੇ ਕੁੰਟ ਸਲਾਮ ਕਰਨ ਘਰ ਘਰ ਸਿਫਤ ਤੁਮਾਰੀ ਸਾਡੇ ਬਾਬਾ ਜੀ ਦਾ ਜਿਸ ਸਾਧੂ ਦਾ ਨੇਮ ਹੀ ਨਾ ਬਣਿਆ ਸਮਝ ਲਓ ਉਹਦੇ ਪੱਲੇ ਕੱਖ ਪੱਲੇ ਕੱਖ ਜਿਹਦਾ ਨੇਮ ਹੀ ਨਹੀਂ ਬਣਿਆ ਵੱਡੇ ਪਾਤਸ਼ਾਹ ਸਵਾ 12 ਵਜੇ ਉੱਠ ਕੇ ਜੁੜ ਜਾਂਦੇ ਸੀ ਨੇਮ ਪੱਕਾ ਸੀ ਦੂਸਰੇ ਪਾਤਸ਼ਾਹ ਜਿਨ੍ਹਾਂ ਦੀ ਮਿੱਠੀ ਯਾਦ ਚ ਬੈਠੇ ਨੇਮ ਪੱਕਾ 12:30
ਮੁਰਸ਼ਿਦ ਦੀ ਬਰਾਬਰੀ ਨਹੀਂ ਕੀਤੀ। ਟੀਪਾਂ ਚ ਦੇਖ ਲਓ, ਸੁਣ ਲਓ ਬਾਬਾ ਜੀ ਦੇ ਬਚਨ, ਪਤੀਵਰਤਾ ਔਰਤ ਦੀ ਇਹੀ ਗੱਲ ਹੁੰਦੀ ਹੈ, ਆਪਣੇ ਪਤੀ ਦਾ ਕਦੇ ਨਾਂ ਲੇ। ਬਾਬਾ ਜੀ ਨੇ ਬਾਬਾ ਜੀ ਦੀ ਕਿਰਪਾ ਦੁਆਰਾ ਹੀ ਬਚਨ ਕਹੇ ਨੇ ਕਿ ਬਾਬਾ ਜੀ ਦੀ ਮਰਜ਼ਾ, ਬਾਬਾ ਜੀ ਦਾ ਆਪਣੀ ਰਸਨਾ ਤੂੰ ਨਾਂ ਨੀ ਲੈ ਕੇ ਬੋਲਿਆ। ਪਤੀਵਰਤਾ ਔਰਤ ਜਿਹੜੀ ਉਹੀ ਹੈ, ਜਾਂ ਤਾਂ ਵੱਡੇ ਮੁੰਡੇ ਦਾ ਨਾਂ ਲਏਗੀ, ਫਲਾਣੇ ਦਾ ਡੈਡੀ। ਇਹ ਲੱਛਣ ਹੁੰਦੇ ਆ ਪਤੀਵਰਤਾ ਔਰਤ ਦੇ ਤੇ ਗੁਰੂ ਦੇ, ਮੁਰਸ਼ਿਦ ਦੇ, ਸੇਵਕ ਦੇ। ਬਾਬਾ ਜੀ ਨੇ ਵੱਡਿਆਂ ਪਾਤਸ਼ਾਹ ਦਾ ਨਾਂ ਨਹੀਂ ਲਿੱਤਾ ਕਿਤੇ ਟੇਪਾਂ ਚ ਪੜ ਕੇ, ਦੂਸਰੇ ਪਾਤਸ਼ਾਹ ਦਾ ਨੇਮ ਰਿਹਾ। ਦੋਨੋਂ ਪਾਤਸ਼ਾਹ ਆਪ ਇਤਨੇ ਨੇਮੀ ਸੀ ਤੇ ਜਿਹੜੇ ਜਿਹੜੇ ਵੀ ਸੰਗਤ ਬਾਬਾ ਜੀ ਸੰਗਤ ਕਰਦੇ ਰਹੇ ਉਹਨਾਂ ਨੂੰ ਸਾਰਿਆਂ ਨੂੰ ਨੇਮੀ ਹੀ ਬਾਬਾ ਜੀ ਨੇ ਬਣਾਏ। ਅੱਗੂ ਉਹਨਾਂ ਦੇ ਬਿਹੰਗਮ ਸਾਧੂ ਜਨ ਅਭਿਅੰਸ ਹੋਰੀ, ਸਰਦੂਰ ਸਿੰਘ ਹੋਰੀ ਸਾਰੇ ਜਾਣਦੇ, ਦਾਸ ਨਿੱਕਾ ਜਿਹਾ ਹੀ ਮਹਾਂਪੁਰਸ਼ਾਂ ਕੋਲ ਆਇਆ। ਅੱਗੂ ਉਹਨਾਂ ਦੇ ਵਰਸਾਏ ਮਹਾਂਪੁਰਸ਼ ਜਿਨ੍ਹਾਂ ਨੇ ਸਾਰੀ ਸਾਰੀ ਜ਼ਿੰਦਗੀ ਨੇਮ ਬਣਾ ਕੇ, ਬਾਬਾ ਕੁੰਦਨ ਸਿੰਘ, ਬਾਬਾ ਸਾਧੂ ਸਿੰਘ, ਸੰਤ ਨਰਾਇਣ ਸਿੰਘ, ਬਾਬਾ ਗੇਜਾ ਸਿੰਘ, ਡੇਢ ਵਜੇ ਦਾ ਇਸ਼ਨਾਨ ਕਰਕੇ ਬਾਬਾ ਜੀ ਡਿਊਟੀਆਂ ਕਰਨੀਆਂ, ਸਾਰਾ ਕੁਛ ਨੇਮ ਬਣਿਆ। ਨੇਮ ਬਣਿਆ ਹੋਵੇ ਨਾ, ਉਹ ਕੁਝ ਨਾ ਕੁਝ ਲੈ ਡਿੱਗਦਾ ਮੁਰਸ਼ਕ ਗੁਰੂ ਕੋਲ। ਕਿਸੇ ਦਾ ਵੀ ਕਿਸੇ ਕਿਸਮ ਦਾ ਵੀ ਨੇਮ ਗੁਰੂ ਪ੍ਰਤੀ ਬਣ ਗਿਆ, ਉਹ ਤਰ ਗਿਆ। ਜਿਵੇਂ ਆਪ ਨਗਰ ਨੇ ਨੇਮ ਬਣਾਇਆ, ਕੁਝ ਵੀ ਹੋਵੇ, ਹਨੇਰੀ ਆਵੇ, ਝੱਕੜ ਆਏ, ਬਾਬਾ ਜੀ ਦੇ ਸਾਲਾਨਾ ਪ੍ਰਕਾਸ਼ ਦਿਹਾੜਾ ਮਨਾਉਣਾ ਹੀ ਮਨਾਉਣਾ ਹੈ ਬਾਬਾ ਜੀ। ਲੋਕ ਪ੍ਰਲੋਕ ਸੁਹਾਗੇ, ਇੰਨੇ ਕਰਨਾ ਦਾਸਾਂ ਦੀ ਵੀ ਹਾਜ਼ਰੀ ਲੱਗ ਜਾਂਦੀ ਬਾਬਾ ਜੀ ਦੇ ਚਰਨਾਂ 'ਚ। ਨੇਮ ਬਣ ਗਿਆ, ਤਰਨ ਦਾ ਸਾਧਨ ਬਣ ਗਿਆ। ਇਉਂ ਪਿਆਰੀ ਸਾਸਨ, ਜਿਨ੍ਹਾਂ ਦਾ ਨੇਮ ਬਣ ਗਿਆ ਬਾਬਾ ਜੀ ਤਾਰਦੇ 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 ਤਖਾਣ ਵਰ ਗਏ, ਇੱਧਰ ਆ ਤੁਹਾਡੇ ਇਲਾਕੇ 'ਚ ਇੱਧਰ ਤਖਾਣ ਵਰ, ਤੇ ਬਾਬਾ ਜੀ ਦੇ ਚਰਨਾਂ ਦੀ ਭਿੱਜੀ ਹੋਈ ਰੂਹ ਸੀ, ਪਿਆਰ ਵਾਲੀ ਸੀ, ਸੰਗਤ ਕਰਦੀ ਸੀ, ਜਿਹਦਾ ਨਾਂ ਬੀਬੀ ਬੰਸੋ ਤਨਖਾਣ ਮਾਰਦੀ। ਪਿਆਰੀ ਸਾਸਨ ਜੀ, ਆ ਦੇਖਿਓ ਬਾਬਾ ਜੀ ਕਿਵੇਂ ਤਾਰਦੇ ਆ। ਸਾਡੇ ਬਾਬਾ ਜੀ ਵਰਗਾ ਤੁਹਾਨੂੰ ਸਾਧੂ ਕੋਈ ਮਿਲਣਾ ਹੀ ਨਹੀਂ, ਦਿਆਲੂ ਕਰਵਾਲੂ, ਸਿੱਧੀ ਜੀ ਗੱਲ, ਮਿਲਣਾ ਹੀ ਨਹੀਂ। ਅੰਤਰਜਾਮੀ ਸੀ, ਸਮਰੱਥ ਸੀ। ਗਏ ਬੀਬੀ ਦੀ ਭਾਵਨਾ, ਬਾਬਾ ਜੀ ਦੇ ਚਰਨਾਂ ਨਾਲ ਜੁੜ ਗਏ, ਸੰਗਤ ਆਉਣ ਲੱਗ ਪਈ। ਗੱਲ ਉਹ ਬਣੀ, ਪਤੀ ਪਰਮੇਸ਼ਰ ਸੀ, ਬੰਦੇ ਸੀ, ਅੜੀਅਲ ਸੁਭਾਅ ਹੁੰਦਾ, ਅੜੀਅਲ ਸੁਭਾਅ, ਹਮਣੀ ਮਾਨੂ ਨਾ ਮੰਨਦੇ ਆਉਂਦਾ, ਪਰ ਅੰਦਰੋਂ ਦੇ ਖਿੱਚ ਸੀ ਬਾਬਾ ਜੀ ਦੀ ਪਈ। ਬਾਬਾ ਜੀ ਨੇ ਮਨ ਫੜਿਆ ਹੋਇਆ, ਬਾਬਾ ਈਸ਼ਵਰ ਸਿੰਘ ਮਹਾਰਾਜ ਜਿਨ੍ਹਾਂ ਦੇ ਚਰਨਾਂ 'ਚ ਆਪਾਂ ਗੁਰੂ ਦੇ ਚਰਨਾਂ 'ਚ ਬੈਠੇ ਹੋ, ਮਿੱਠੀ ਯਾਦ ਮਨਾਉਣੇ ਬਾਬਾ ਜੀ, ਅਸੀਂ ਕੁਰਸੀਆਂ ਤੇ ਰਾਜ ਮਸਾਂ ਆਉਂਦਾ, ਬਾਬਾ ਜੀ ਨੇ ਮਨਾਂ ਤੇ ਰਾਜ ਕੀਤਾ, ਮਨਾਂ ਤੇ ਰਾਜ ਕੀਤਾ। ਬਾਬਾ ਈਸ਼ਵਰ ਸਿੰਘ ਮਹਾਰਾਜ ਨੇ, ਬਾਬਾ ਆਨੰਦ ਸਿੰਘ ਨੇ ਮਨਾਂ ਤੇ ਰਾਜ ਕੀਤਾ। ਸਾਡੇ ਕੋਲ ਆਪਣੇ ਘਰ 'ਚ ਹੀ ਰਾਜ ਨਹੀਂ, ਆਪਣੇ ਘਰ ਵਾਲੀ ਤੇ ਜੀਆਂ ਤੇ ਰਾਜ ਨਹੀਂ ਆਉਂਦਾ, ਬਾਬਾ ਜੀ ਨੇ ਸਾਰੀ ਸ੍ਰਿਸ਼ਟੀ 84 ਲੱਖ ਜੂਨ ਤੇ ਰਾਜ ਮਨਾਂ ਤੇ ਕੀਤਾ। ਇਹ ਬਾਬਾ ਜੀ ਦੀ ਕਮਾਈ ਸੀ।
ਤੇ ਮਨ ਵਿੱਚ ਬੜੀ ਭਾਵਨਾ ਜੁੜ ਗਈ। ਬੰਡਾਰੀ ਵਾਲੀ ਸੀ, ਵਹਿਮੀ ਸੀ, ਵੱਲ ਚੱਲ ਕਰਕੇ ਬਾਬਾ ਜੀ ਦੇ ਚਰਨਾਂ ਚ ਦੀਵਾਨਾ ਚ ਆ ਗਈ। ਇੱਥੇ ਦੀਵਾਨ ਚ ਆ ਗਈ, ਜੋੜਾ ਚੱਕਿਆ ਗਿਆ। ਐਵੇਂ ਕਲਕੱਤੇ ਹੋਇਆ ਨਾ ਕਿ ਬਾਬਾ ਜੀ ਦਸਨਾਨ ਸਾਖੀ ਬਾਬਾ ਗੇਜਾ ਸਿੰਘ ਕਲਕੱਤੇ ਕਿੱਥੇ ਹੋਇਆ। ਬਾਬਾ ਜੀ ਬੇਨਤੀ ਕਰਦੀ, ਬਾਬਾ ਜੀ ਜੋੜੇ ਚੁੱਕੇ। ਬਾਬਾ ਜੀ ਕਹਿੰਦੇ ਇੱਕ ਤੂੰ ਦੂਣੇ ਹੋਣ ਤਿੰਨਾਂ ਦੇ ਜੋ ਸਾਧ ਚੰਗ ਚੱਲ ਜਾਂਦੇ, ਦੋ ਚੂ ਚੌਣੇ ਹੋਣ ਤਿੰਨਾਂ ਦੇ ਜੋ ਸੇਵਾ ਆਣ ਕਮਾਉਂਦੇ, ਚੌ ਤੂੰ ਥੋਣੇ ਹੋਣ ਤਿੰਨਾਂ ਦੇ ਜਿਹੜਾ ਗੁਰਕਾ ਬਚਨ ਕਮਾਉਂਦੇ, ਸਾਂ ਸੱਠੇ ਸਾਵੇਂ ਰਹੇ ਤਿੰਨਾਂ ਦੇ ਜਿਹੜੇ ਆਉਂਦੇ ਤੇ ਅੰਗਲਾਂਦੇ, ਢੋ ਲਾ ਕੇ ਇੱਥੇ ਉਂਗੀ ਜਾਣਾ ਉਹਨਾਂ ਦੇ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਬਾਬਾ ਜੀ ਨੇ ਬਚਨ ਸੁਣਾਏ ਦੁਆਨ ਚ, ਤੇ ਚੋਰ ਵੀ ਉੱਥੇ ਤੁਰਿਆ ਫਿਰਦਾ ਸੀ। ਜਿਹਦੂ ਬਾਬਾ ਜੀ ਨੇ ਕਿਹਾ, ਕਹਿੰਦੇ ਸਾਈਂ ਲੋਕਾਂ ਉਹਨਾਂ ਦਾ ਮੂਲ ਵੀ ਗੱਲ ਗਿਆ, ਜਿਹਨਾਂ ਮੁੱਢੂ ਪੈਰ ਨਾ ਪਾਉਂਦੇ। ਕਹਿੰਦੇ ਰੱਬ ਦੀ ਮਾਰ ਪਈ ਤਿੰਨਾਂ ਨੂੰ ਜਿਹੜੇ ਜੋੜੇ ਚੁੱਕ ਲਜਾਂਦੇ। ਬਾਬਾ ਜੀ ਰਸਨਾ ਤੋਂ ਬਚਨ ਨਿਕਲਿਆ ਤੀਰ ਤਰ੍ਹਾਂ, ਗੋਲੀ ਤਰ੍ਹਾਂ। ਕਹਿੰਦੇ ਉਹਨਾਂ ਨੂੰ ਰੱਬ ਦੀ ਮਾਰ ਪੈਂਦੀ ਹੈ ਜਿਹੜੇ ਸੰਗਤ ਦੇ ਚੋੜੇ ਚੁੱਕ ਕੇ ਲੈ ਜਾਂਦੇ। ਬੋਰੀ ਭਰੀ ਸੀ, ਜਿਵੇਂ ਬੋਰੀਆਂ ਭਰੀਆਂ ਸੀ ਉਵੇਂ ਡੋਲ ਹੀ ਕੰਨਾਂ ਨੂੰ ਹੱਥ ਲਾ ਕੇ ਉੱਥੇ ਹੀ ਸੁੱਟ ਗਿਆ, ਉੱਥੇ ਹੀ ਛੱਡ ਗਿਆ। ਐਂ ਸੀ ਬਾਬਾ ਜੀ ਰਸਨਾ ਦੇ ਖਿੱਚ ਸੀ। ਦਸਮੁਖ ਦਾ ਵਚਨ, ਮਹਾਂਪੁਰਸ਼ਾਂ ਦੇ ਵਚਨ ਸੁਣਾਣੇ, ਮੱਥਾ ਟੇਕੀ ਜੁਲ ਕੇ ਜੋੜਾ ਚੁੱਕਿਆ ਗਿਆ, ਵਾਪਸ ਗਈ। ਕਹਿੰਦੇ ਤੂੰ ਨੰਗੀ ਪੈਰੀ ਤੁਰੀ ਫਿਰਦੀ ਹੈ, ਹੁਣ ਬਥੇਰਾ ਵਾਲ ਛਾਲ ਕੀਤਾ, ਇੱਥੇ ਹੀ ਹੋਣਾ। ਕਹਿੰਦਾ ਸੱਚ ਦੱਸ, ਅੜੀਅਲ ਬੰਦੇ ਤੈਨੂੰ ਪਤਾ ਮਨਾ ਕੇ ਰੱਖਦੇ ਨੇ, ਵਹਿਮੀ ਬੰਦੇ, ਕਿੱਥੇ ਗਈ ਸੀ ਜੋੜਾ ਤੇਰਾ, ਕਿੱਥੇ ਵੇ? ਉਦੋਂ ਹੈ ਵੀ ਗਰੀਬੀ ਸੀ, ਸੰਨ 60 ਤੋਂ ਪਹਿਲਾਂ ਦਾ ਬਚਨ। ਕਹਿੰਦੀ ਮੈਂ ਸੱਚ ਦੱਸਾਂ, ਮੈਂ ਬਾਬਾ ਜੀ ਦੇ ਚਰਨਾਂ ਚ ਗਈ ਸੰਗਤ ਕਰਨ ਗਈ ਤੇ ਉੱਥੇ ਜੋੜਾ ਚੁੱਕਿਆ ਗਿਆ, ਵਹਿਮੀ, ਵਹਿਮ ਦਾ ਇਲਾਜ ਕੋਈ ਨੀ। ਕਹਿੰਦਾ ਅੱਛਾ, ਕਹਿੰਦਾ ਬਹਿਸ ਆ ਕਰਦੇ, ਚੱਲ ਉੱਥੇ ਹੀ ਜਾਣਾ ਬਾਬਾ ਜੀ ਕੋਲ। ਆ ਗਿਆ ਜੂ, ਕਹਿੰਦੀ ਜਾਣਦੇ, ਕਹਿੰਦਾ ਜਾਣ ਕਿਉਂ ਦੇ? ਜਦੋਂ ਦੇਖਿਆ ਬਾਬਾ ਜੀ ਦੇ ਆ ਕੇ ਖਿਲਾ ਕੇ ਤੇ ਗਈ ਨਾਲ ਗਿਆ ਤੇ ਬਾਬਾ ਜੀ ਦੇ ਵੇਖਿਆ ਰਾਜੇ ਮਹਾਰਾਜੇ, ਬਾਬਾ ਜੀ ਦੇ ਚਰਨਾਂ ਚ ਬੈਠੇ, ਟੋਕਰੀਆਂ ਲੈ ਕੇ ਸੰਗਤ ਭੁਗਤਦੀ ਪਈ ਹੈ ਤੇ ਉਹ ਪੁਰਨਾ ਬਣਾ ਰਹੀ ਬੰਸੋ ਪੁਰਨਾ ਬਣਾ ਰਹੀ। ਕਹਿੰਦੀ ਭਲਿਆ ਸਾਡੀ ਇੱਥੇ ਕੀ ਵਟਕਦੀ, ਇੱਥੇ ਕੀ ਵੱਟੀ ਦੇ ਰਾਜੇ ਮਹਾਰਾਜੇ ਤਰਲੇ ਕਰਦੇ ਪਏ, ਇੱਥੇ ਕੀ ਵੱਟੀ? ਤੇ ਉਹ ਵੀ ਕਹਿੰਦਾ, ਕਹਿੰਦਾ ਚੱਲ ਬੰਸੋ ਇੱਥੋਂ ਕੀ ਮਿਲਣਾ, ਚੱਲੀਏ। ਜਦੋਂ ਉਹ ਬੈਠੀ ਬਾਬਾ ਜੀ ਬਚਨ ਕਰ ਰਹੇ ਤੇ ਕਹਿਣ ਲੱਗੇ, ਪਿਆਰੇ ਬਾਬਾ ਈਸ਼ਰ ਸਿੰਘ ਮਹਾਰਾਜ, ਕਹਿਣ ਲੱਗਾ ਬੰਸੋ ਕੀ ਬੁਰਨਾ ਬਣਾ ਰਹੀ, ਪਿਆਰੇ ਬਾਬਾ ਈਸ਼ਰ ਸਿੰਘ ਕੀ ਬੁਰਨਾ ਬਣਾ ਰਹੀ ਹੈ? ਉੱਥੇ ਹੀ ਉਹਨੂੰ ਗਿਆਨ ਹੋ ਗਿਆ, ਹੈਰਾਨ ਹੋ ਗਿਆ ਕੀ ਬੁਰਨਾ ਬਣਾ ਰਹੀ ਹੈ, ਦੱਸ ਸੱਚ ਦੱਸ। ਕਹਿੰਦੇ ਬਾਬਾ ਜੀ ਮੈਂ ਕੀ ਦੱਸਾਂ, ਮੈਂ ਕਿ ਇੱਥੇ ਕੀ ਵੱਟ ਕੇ ਕੀ ਕਰਨਾ? ਤੇ ਕਹਿੰਦੇ ਬਾਬਾ ਜੀ, ਕਹਿਣ ਲੱਗੇ ਬੰਸੋ ਦੱਸ ਕੀ ਬੁਰਨਾ? ਮੈਂ ਕਹਿੰਦੀ ਬਾਬਾ ਜੀ ਜੋੜਾ ਚੁੱਕਿਆ ਗਿਆ, ਪਤੀ ਜਿਹੜਾ ਲੜ ਲਾਇਆ ਵਹਿਮੀ ਆਇਆ ਜੋੜਾ ਲੱਭਿਆ ਨੀ। ਕਹਿੰਦਾ ਬੰਸੋ ਛੱਡ, ਪਰ ਉਹਦੇ ਦੋ ਕੁੜੀਆਂ ਸੀ, ਪੁੱਤਰ ਨਹੀਂ ਸੀ ਹੈਗਾ। ਦੇਖੋ ਰਿਜ਼ਲਟ ਕਰ ਲੱਗਦਾ। ਕਹਿੰਦਾ ਛੱਡ ਬੰਸੋ, ਛੱਡ ਬੀਬਾ ਜੋੜੇ, ਛੱਡ ਤੇਰੇ ਗੁਰੂ ਨਾਨਕ ਦੇ ਘਰੋਂ ਜੋੜਾ ਤੋੜ ਦਿਆਂਗੇ। ਉਹ ਕਹਿੰਦੇ ਬਾਬਾ ਜੀ ਜੋੜਾ ਤੋੜਨਗੇ? ਪਰ ਘਰ ਵਾਲੀ ਨੇ, ਉਹ ਬੀਬੀ ਨੇ ਸੱਤ ਬਚਨ ਕਿਹਾ,
ਕਹਿੰਦੇ ਬੀਬਾ ਛੱਡ ਜੋੜੇ ਨਹੀਂ ਲੱਭਦੇ, ਗੁਰੂ ਨਾਨਕ ਦੇ ਘਰੋਂ ਜੋੜੇ ਤੋਰਾਂਗੇ। ਕਹਿੰਦੇ ਜੀ ਸੱਤ ਬਚਨ, ਤੀਜੀ ਵਾਰ ਫੇਰ ਬਚਨ ਗਿਆ, ਕਹਿੰਦੀ ਜੀ ਸੱਤ ਬਚਨ, ਕਹਿੰਦੀ ਜੀ ਆ ਜਾਓ। ਉਹ ਪਤਨ ਕੀ ਬੋਲਦਾ ਗਿਆ, ਘਰ ਸਾਲੋ ਬਾਅਦ ਘਰ ਜੋੜੇ ਪੁੱਤਰਾਂ ਦੇ, ਗੁਰੂ ਨਾਨਕ ਦੇ ਘਰ ਜੋੜੇ ਗੁਆਚੇ। ਬਾਬਾ ਜੀ ਉਹਦੇ ਅੰਤਰ ਜਾਮੀ ਸੀ ਮਨ ਦੀ ਭਾਵਨਾ, ਕਹਿੰਦੇ ਛੱਡ ਬੀਬਾ ਮਨਸੋ ਛੱਡ, ਗੁਰੂ ਨਾਨਕ ਦੇ ਘਰੋਂ ਤੈਨੂੰ ਜੋੜੇ ਤੋਰ ਦਾਂਗੇ। ਇਹੋ ਜਿਹੇ ਘਰ ਪੁੱਤਰ, ਦੋ ਪੁੱਤਰ ਬਾਬਾ ਜੀ ਨੇ ਸਾਲ ਦੇ ਪੁੱਤਰ ਜੋੜੇ। ਐਸਾ ਘਰ ਬਾਬਾ ਜੀ ਦਾ ਜਿਹੜਾ ਜੋੜਿਆਂ ਵੱਡੀ ਪੁੱਤਰ ਦੇ ਦਿੱਤੇ, ਇਹ ਘਰ ਇਹ ਬਾਬਾ ਜੀ ਦੇ ਘਰ। ਆ ਬਚਨ ਕਹਿ ਕੇ ਦਾਸ ਸਮਾਪਤੀ ਕਰੇ। ਨੇਮੀ ਜਿਹੜੇ ਬਣ ਜਾਂਦੇ ਆ, ਉਹ ਵੀ ਤਾਰਾ ਰਾਣੀ ਵਰਗਾ ਕੰਮ ਸੀ, ਜਿਵੇਂ ਰਾਜਾ ਵਹਿਮੀ ਸੀ ਤਾਰੇ ਉਹਦੀ ਲਾਜ ਰੱਖੀ। ਬਾਬਾ ਜੀ ਨੇ ਵੀ ਬੰਸੋ ਦੀ ਲਾਜ ਰੱਖੀ। ਤੇਰਾ ਦੂਤ ਰੰਗਾ ਬੰਕਾ ਆ ਕੇ ਨੇਮੀ ਬਣਿਆ ਸੀ ਕਿ ਬਾਬਾ ਜੀ ਦੇ ਦਰਸ਼ਨ ਕਰਨੇ, ਇਸ਼ਨਾਨ ਕਰਕੇ ਤਾਂ ਮੂੰਹ ਲਾਣਾ। ਤੂੰ ਵੇਖਿਆ ਕਿ ਮਹਾਰਾਜਾ ਪਟਿਆਲਾ ਬੈਠੇ, ਰਾਜੇ ਮਹਾਰਾਜੇ ਬੈਠੇ, ਦੇਖ ਕੇ ਤੀਨੋ ਚੋਣਾ ਕਹਿੰਦੇ ਕੀ ਬਣੇ ਇੱਥੇ, ਕਿਹੜਾ ਗੁਰੂ ਨਾਨਕ ਦੇ ਘਰ? ਕਹਿੰਦੇ ਗਰੀਬ ਨਵਾਜ ਤੇ ਅਮੀਰ ਨਵਾਜ, ਗਰੀਬ ਨਵਾਜ ਕਿੱਥੇ? ਬਾਬਾ ਜੀ ਨੇ ਅੰਦਰੋਂ ਸੇਵਾਦਾਰ ਕੱਲਿਆ, ਕਹਿੰਦੇ ਸਰੋਵਰ ਦੇ ਕੋਲ ਰੰਕੇ ਬੱਕੇ ਆਏ, ਲੈ ਕੇ ਆਓ। ਕਹਿੰਦੇ ਬਾਬਾ ਜੀ ਆ ਗਿਆ, ਅੰਦਰ ਨਗਾਇਆ, ਬਾਬਾ ਜੀ ਨੇ ਪ੍ਰਸ਼ਾਦ ਦਿੱਤਾ। ਕਹਿੰਦੇ ਆ ਗਏ, ਜਲ ਪਾਣੀ ਇਸ਼ਨਾਨ ਕਰ ਲਿਆ? ਕਰ ਲਿਆ। ਬਾਬਾ ਜੀ ਕਹਿੰਦੇ ਹੁਣ ਦੱਸ, ਆ ਰਾਜੇ ਬੈਠੇ ਹੈ, ਤੂੰ ਫੁਰਨਾ ਕੀ ਬਣਾਈ ਬੈਠਾ, ਇਹ ਦੱਸ ਗੁਰੂ ਨਾਨਕ ਦਾ ਘਰ ਗਰੀਬ ਨਵਾਜ ਕਿ ਅਮੀਰ ਨਵਾਜ ਪਹਿਲਾਂ? ਬਾਬਾ ਜੀ ਮੂੰਹ ਪੜਾਇਆ, ਕਹਿੰਦੇ ਅੱਖਾਂ ਚੋਂ ਸਿਮ ਸਿਮ ਕਰ ਰੋ ਪਿਆ। ਕਹਿੰਦੇ ਬਾਬਾ ਜੀ ਗਰੀਬ ਨਵਾਜ, ਤੁਸੀਂ ਪਹਿਲ ਗਰੀਬਾਂ ਨੂੰ ਦਿੱਤੀ, ਮੇਰੇ ਫੁਰਨਾ ਬੰਦਾ ਬੰਦਾ ਸਪੈਸ਼ਲ ਸੱਦ ਕੇ ਤੇ ਆਪ ਕਿਰਪਾ ਕੀਤੀ, ਰਾਜੇ ਤਰਸਦੇ ਪਏ, ਸੱਚਮੁੱਚ ਤੁਸੀਂ ਗਰੀਬ ਨਵਾਜ। ਨੇਮੀ ਬੰਦਾ ਲੈ ਦਿੱਤਾ ਤੇ ਕਹਿਣ ਤੋਂ ਭਾਵ ਹਮ ਸੰਤਨ ਸਿਉਂ ਬਣਿਆ ਆਈ। ਪੂਰਬ ਲਿਖਿਆ ਪਿਆ, ਜਿੰਨਾ ਲਾਹਾ ਖੱਟਿਆ ਜਾਂਦਾ ਖੱਟ ਲਈ ਆਪਾਂ ਮਹਾਂਪੁਰਸ਼ ਕਮਾਈ ਵਾਲੇ ਆ। ਫਿਰ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਦੇ ਚਰਨਾਂ ਦੀ ਰੂਹ ਭਿੱਜੀ ਹੋਈ, ਜਿਹਨਾਂ ਜਿਹਨਾਂ ਸਮਰਪਿਤ ਆਪਣਾ ਆਪ ਕੀਤਾ ਹੋਇਆ। ਇੱਕ ਤੇ ਹੁੰਦੀ ਦੇਖਾ ਤੇ ਕੀ ਗੱਲ, ਕੁਛ ਹੋਰ ਨਹੀਂ ਆਪਣਾ, ਪਰ ਬਾਬਾ ਗੇਜਾ ਸਿੰਘ ਆਪਣਾ ਆਪ ਸ਼ਾਬਰ ਬਾਬਾ ਈਸ਼ਰ ਸਿੰਘ ਨੂੰ ਕੀਤਾ। ਦਵਾਂਚ ਦਾਸ ਨੇ ਸੁਣਿਆ, ਕਹਿੰਦੇ ਕਿਸੇ ਵਾਸਤੇ ਕੋਈ ਹੋਵੇਗਾ, ਕੋਈ ਹੋਵੇਗਾ, ਦਾਸ ਵਾਸਤੇ ਬੜੂੰਦੀ ਸਿੱਧਾ ਲੈਵ ਚੱਲ ਰਿਹਾ ਸੀ ਕਿ ਬਾਬਾ ਈਸ਼ਰ ਸਿੰਘ ਦਾਸ ਵਾਸਤੇ ਤੇ ਰੱਬ ਹੀ ਹੈ, ਤੇ ਸੱਚਮੁੱਚ ਬਾਬਾ ਈਸ਼ਰ ਸਿੰਘ ਰੱਬ ਹੀ ਤੇ ਰੱਬ ਹੀ। ਉਹ ਮਹਾਂਪੁਰਸ਼ਾਂ ਦੇ ਬਚਨ ਸਰਵਣ ਕਰਨੇ ਆ ਤੇ ਆਓ ਹਮ ਸੰਤਨ ਸਿਉਂ ਬਣੇ। ਇੱਕ ਜਨਮ ਦੇ ਨਹੀਂ ਸੋਦੇ ਸਾਡੇ ਮਹਾਂਪੁਰਸ਼ਾਂ ਨਾਲ, ਪਿਛਲੇ ਜਨਮ ਤੋਂ ਤੁਰੇ ਆ। ਆਓ ਪੰਕਤੀ ਕਹਿ ਸਕਦੇ, ਹਮ ਸੰਤਨ ਸਿਉਂ ਬਣਿਆਈ ਪੂਰਬ ਲਿਖਿਆ, ਹਮ ਸੰਤਨ ਸਿਉਂ ਬਣਿਆਈ ਪੂਰਬ ਲਿਖਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।